ਹੈਲੋ ਬੱਚਿਓ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਪਿਛਲੇ ਲੈਕਚਰ ਦੇ ਵਿੱਚ ਬੱਚਿਓ ਆਪਾਂ ਭਾਰਤੀ ਸੰਖਿਆ ਪ੍ਰਣਾਲੀ ਅਤੇ ਅੰਤਰਰਾਸ਼ਟਰੀ ਸੰਖਿਆ ਪ੍ਰਣਾਲੀ ਬਾਰੇ ਗੱਲ ਕਰ ਚੁੱਕੇ ਹਾਂ। ਤੁਸੀਂ ਇਹ ਕਹਿ ਸਕਦੇ ਆਪਾਂ ਐਕਸਰਸਾਈਜ਼ 1.1 ਬਾਰੇ ਗੱਲ ਕੀਤੀ ਹੈ। ਅਤੇ ਬੱਚਿਓ ਇਸ ਲੈਕਚਰ ਦੇ ਵਿੱਚ ਆਪਾਂ ਐਕਸਰਸਾਈਜ਼ 1.2 ਅਭਿਆਸ 1.2 ਦੀ ਗੱਲ ਕਰਨ ਜਾ ਰਹੇ ਹਾਂ। ਅਭਿਆਸ 1.2 ਕੀ ਹੈ ਬੱਚਿਓ? ਜੋ ਵੱਡੀਆਂ ਸੰਖਿਆਵਾਂ ਨੇ, ਲੱਖਾਂ ਕਰੋੜਾਂ ਦੀਆਂ ਸੰਖਿਆਵਾਂ ਨੇ, ਉਹਨੂੰ ਆਪਾਂ ਆਪਣੀ ਵਿਵਹਾਰਿਕ ਜ਼ਿੰਦਗੀ ਦੇ ਵਿੱਚ, ਆਮ ਜ਼ਿੰਦਗੀ ਦੇ ਵਿੱਚ, ਦੈਨਿਕ ਜ਼ਿੰਦਗੀ ਦੇ ਵਿੱਚ ਕਿਵੇਂ ਵਰਤਦੇ ਹਾਂ, ਆਪਾਂ ਉਸ ਦੀ ਗੱਲ ਕਰਨੀ ਹੈ। ਅਤੇ ਉਹਦੇ ਕੁਝ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਪਈਆਂ ਨੇ। ਕਹਿੰਦੇ ਸਾਲ 1991 ਵਿੱਚ ਸੁੰਦਰ ਨਗਰ ਦੀ ਜਨਸੰਖਿਆ, ਦੇਖੋ ਚੈੱਕ ਕਰੋ, 1000 ਅਤੇ ਲੱਖ ਦਾ ਕੌਮ ਆਪਾਂ ਗੱਲ ਕੀਤੀ ਸੀ, 235,471 ਸੀ। ਅਤੇ 2000 ਤੱਕ ਇਸ ਵਿੱਚ 1000 ਦਾ ਕੌਮ ਆ ਗਿਆ ਬੱਚਿਓ, 72,958 ਦਾ ਵਾਧਾ ਹੋਇਆ, ਵਾਧਾ ਵੱਧ ਗਈ। ਸਾਲ 2001 ਵਿੱਚ ਸ਼ਹਿਰ ਦੀ ਜਨਸੰਖਿਆ ਕਿੰਨੀ ਸੀ? ਤਾਂ ਬੱਚਿਓ ਜਦੋਂ ਸਟੇਟਮੈਂਟ ਆ ਜਾਂਦੀ ਹੈ, ਪੂਰੀ ਰਕਮ ਆ ਜਾਂਦੀ ਹੈ, ਸ਼ਬਦਾਵਲੀ ਆ ਜਾਂਦੀ ਹੈ, ਕੋਈ ਉਲਝਣ ਦੀ ਲੋੜ ਨਹੀਂ, ਸਾਰਾ ਕੁਛ ਜਿਵੇਂ ਇੱਥੇ ਹੈਗਾ ਉਵੇਂ ਲਿਖਾਂਗੇ। ਦੇਖੋ 1991 ਵਿੱਚ ਜਿਵੇਂ ਇੱਥੇ ਲਿਖਿਆ ਹੋਇਆ, ਧਿਆਨ ਨਾਲ, ਸਾਲ 1991 ਵਿੱਚ ਸੁੰਦਰ ਨਗਰ ਦੀ ਜਨਸੰਖਿਆ ਜਿਵੇਂ ਇੱਥੇ ਹੈਗਾ ਬੱਚੇ ਉਵੇਂ ਲਿਖਣਾ, ਕੁਛ ਅਲੱਗ ਨਹੀਂ ਲਿਖਣਾ, ਕਿੰਨੀ ਹੈ? 235,471। ਠੀਕ ਹੈ, 2000 ਤੱਕ ਇਸ ਵਿੱਚ ਇੰਨਾ ਵਾਧਾ ਹੋਇਆ। ਤਾਂ 2001 ਤੱਕ ਦੇਖੋ ਜਿਵੇਂ ਲਾਈਨ ਆ ਉਵੇਂ ਲਿਖ ਰਿਹਾ, ਵਾਧਾ ਹੋਇਆ ਕਿੰਨਾ ਹੋਇਆ ਬੱਚਿਓ? 72,958। ਬਿਲਕੁਲ ਨੀਚੇ ਲਿਖਣਾ, ਦੇਖੋ ਇਹਦੇ 1000 ਕੌਮਾਂ 1000 ਕੌਮਾਂ, ਇੱਥੇ ਲੱਖ ਨਹੀਂ ਹੈਗਾ, ਕੋਈ ਗੱਲ ਨਹੀਂ, ਤਾਂ ਇਹਦੇ ਨੀਚੇ ਜਗ੍ਹਾ ਖਾਲੀ ਆ ਗਈ, ਤਾਂ ਇੱਥੇ ਇਸ ਗੱਲ ਦਾ ਧਿਆਨ 'ਚ ਰੱਖਣਾ ਆਪਾਂ, ਬਿਲਕੁਲ ਔਰ ਜਗ੍ਹਾ ਦੇ ਨੀਚੇ ਜਗ੍ਹਾ ਲਿਖਣੀ ਹੈ। ਤਾਂ ਸਾਲ 2001 ਵਿੱਚ ਸ਼ਹਿਰ ਦੀ ਜਨਸੰਖਿਆ ਕਿੰਨੀ ਸੀ? ਹਾਂ ਬੱਚਿਓ, ਵਾਧਾ ਹੋਇਆ, ਵਾਧੇ ਦਾ ਮਤਲਬ ਜਨਸੰਖਿਆ ਵੱਧ ਗਈ, ਕੀ ਹੋਇਆ, ਪਲੱਸ ਜਾਂ ਮਾਈਨਸ? ਪਲੱਸ, ਤਾਂ ਆਪਾਂ ਉਰੇ ਕੀ ਕਰ ਦਾਂਗੇ, ਜੋੜ ਦਾਂਗੇ। ਤਾਂ ਜੋੜ ਕੇ ਜੋ ਆ ਗਿਆ ਉਹ ਆ ਗਿਆ ਸਾਲ 2001 ਵਿੱਚ ਉਸ ਸ਼ਹਿਰ ਦੀ ਕਿੰਨੀ ਜਨਸੰਖਿਆ ਹੋਵੇਗੀ। ਆਪਾਂ ਜੋੜਦੇ ਹਾਂ, 1 ਅਤੇ 8 9, 7 ਅਤੇ 5 12 2, ਹਸਲ ਆ ਗਈ 1, 1 ਅਤੇ 4 5, 5 ਅਤੇ 9 14, ਹਸਲ ਆ ਗਈ 1, 1 ਅਤੇ 5 6, 6 ਅਤੇ 2 8, 3 ਅਤੇ 7 10 0, ਹਸਲ ਆ ਗਈ ਬੱਚਿਓ 1 2 ਅਤੇ 1 3। ਤਾਂ ਸ਼ਹਿਰ ਦੀ ਜਨਸੰਖਿਆ ਕਿੰਨੀ ਹੋਣੀ ਹੈ? 308,429। ਤਾਂ ਬੱਚਿਓ ਦੇਖੋ ਕੁਛ ਵੀ ਨਹੀਂ ਕੀਤਾ ਆਪਾਂ, ਜਿਵੇਂ ਰਕਮ ਹੈ ਉਹਦੇ ਹਿਸਾਬ ਨਾਲ ਚੱਲ ਰਿਹਾ, ਕੁਛ ਵੀ ਐਕਸਟਰਾ ਆਪਾਂ ਨਹੀਂ ਕਰ ਰਹੇ। ਸੇਮ ਚੀਜ਼ ਆਪਾਂ ਇੱਥੇ ਦੇਖੋ ਕੀ ਕਰ ਰਹੇ ਹਾਂ, ਸ਼ੇਖਰ ਇੱਕ ਮਸ਼ਹੂਰ ਕ੍ਰਿਕਟ ਖਿਡਾਰੀ ਹੈ, ਠੀਕ, ਉਸਨੇ ਟੈਸਟ ਮੈਚਾਂ ਵਿੱਚ ਹੁਣ ਤੱਕ 6980 ਰਨ ਬਣਾਏ। ਠੀਕ, ਤਾਂ ਇਹਦਾ ਮਤਲਬ ਹੁਣ ਤੱਕ ਬਿਲਕੁਲ ਜਿਵੇਂ ਲਾਈਨ ਆ ਮੋਮੀ ਲਿਖ ਰਿਹਾ, ਰਨ ਬਣਾਏ ਕਿੰਨੇ ਬਣਾਇਆ ਬੱਚਿਓ? 6980। ਉਹ 10,000 ਰਨ ਪੂਰੇ ਕਰਨਾ ਚਾਹੁੰਦਾ ਹੈ, ਰਨ ਪੂਰੇ ਕਰਨਾ ਚਾਹੁੰਦਾ ਹੈ, ਕਿੰਨੇ? 10,000। ਕੌਮੇ ਜ਼ਰੂਰ ਪਾਇਆ ਕਰੋ, ਚਾਹੇ ਇੱਥੇ ਹੈਗੇ ਕਿ ਨਹੀਂ ਹੈਗੇ, ਇਹਦਾ ਤੁਹਾਡੀ ਗਲਤੀ ਨਹੀਂ ਹੁੰਦੀ। ਉਸ ਨੂੰ ਕਿੰਨੇ ਹੋਰ ਰਨ ਚਾਹੀਦੇ ਨੇ ਬੱਚੇ? ਉਹਨੇ ਇੰਨੇ ਰਨ ਬਣਾ ਲਏ, ਇੱਥੋਂ ਤੱਕ ਪਹੁੰਚਣਾ, ਤਾਂ ਕੀ ਕਰਾਂਗੇ ਆਪਾਂ? ਘਟਾ ਕਰਾਂਗੇ। ਹੁਣ ਆਪਾਂ ਨੂੰ ਪਤਾ ਛੋਟੀ 'ਚੋਂ ਵੱਡੀ ਦਾ ਨਹੀਂ ਘਟਾ ਹੁੰਦਾ, ਤਾਂ ਆਪਾਂ ਵੱਡੀ ਅਲੱਗ ਲਿਖ ਲਾਂਗੇ, ਘਟਾ ਛੋਟੀ ਆਪਾਂ ਇਹਦੇ ਨੀਚੇ ਲਿਖ ਲਾਂਗੇ। ਠੀਕ ਹੈ, 0 'ਚੋਂ ਗਈ 0, ਹੁਣ ਆਪਾਂ ਨੂੰ ਪਤਾ ਬੱਚਿਓ 0 'ਚੋਂ 8 ਨਹੀਂ ਘਟਦਾ, ਕਿਉਂਕਿ 0 ਛੋਟੀ ਹੈ। ਤਾਂ 0 ਕੀ ਗਿਆ? ਇਹਦੇ ਕੋਲ ਗਿਆ ਕੁਛ ਲੈਣ ਲਈ, ਵੀ ਭਾਈ ਇੱਕ ਉਹਦਾ ਕੋਈ 10 ਕੈਰੀ ਕਰਨਾ ਨਹੀਂ ਹੋਇਆ, ਇਹਦੇ ਕੋਲ ਗਿਆ, ਇਹਨੇ ਦਿੱਤਾ, ਇਹਨੇ ਇੱਕ ਇਹਨੂੰ ਦਿੱਤਾ ਦੋਸਤੋ, ਇੱਥੇ ਆ ਗਿਆ 10। ਤਾਂ ਫਿਰ ਉਹ ਇਹਦੇ ਕੋਲ ਸੀ, ਇੱਕ ਇਹਨੇ ਦਿੱਤਾ 9, ਇਹਦੇ ਕੋਲ ਕਿੰਨੇ ਹੋ ਗਏ? 10। ਇਹਨੇ ਇਹਨੂੰ ਦਿੱਤਾ 9, ਇਹਦੇ ਕੋਲ ਬੱਚਿਓ ਕਿੰਨੇ ਹੋ ਗਏ? 10। ਠੀਕ ਹੈ, ਤਾਂ 10 ਦੇ ਵਿੱਚੋਂ 8 ਘਟਾਏ 2, 9 ਦੇ ਵਿੱਚੋਂ 9 ਘਟਾਈ 0, 9 ਦੇ ਵਿੱਚੋਂ 6 ਘਟਾਇਆ 3। ਤਾਂ ਇਹਦਾ ਮਤਲਬ ਸ਼ੇਖਰ ਨੂੰ
10,000 रन पूरे करन दे लई की चाहिदा सी 3,020। दोस्तों घटा का ध्यान रखना है, मैं दोबारा इस चीज़ को एक्सप्लेन करदा, घटा किवें करना है उलझन तो बचन दे लई। जीरो चो जीरो घटाया ठीक है, हुण आपां नूं पता है इत्थे जीरो है, जीरो दे विचों अठ नहीं घटता है ना, तां की करूगा जिहड़ा ये बंदा जीरो वाला हो इस नहीं घटता, इस को गया, तुसीं लगा के चलो उरे अपने कोले पंज दुकानदार बैठे ने, ਇਹ ਇਸਦੇ ਕੋਲ ਗਿਆ ਵੀ ਮੈਨੂੰ ਇੱਕ ਉਧਾਰਾ ਦੇ ਕੇ ਤਾਂ ਕਿ ਮੈਂ 10 ਬਣ ਜਾ, ਇਹਦੇ ਕੋਲ ਵੀ ਕੁਛ ਨਹੀਂ ਸੀ, ਇਹਦੇ ਕੋਲ ਗਿਆ ਕਿ ਮੈਨੂੰ ਇੱਕ ਉਧਾਰਾ ਦੇ ਦੇ ਮੈਂ ਨਾਲ ਵਾਲੇ ਬੰਦੇ ਨੂੰ ਇੱਕ ਦੇਣਾ, ਪਰ ਨਹੀਂ ਇਹਦੇ ਕੋਲ ਗਿਆ, ਤਾਂ ਫਿਰ ਕੀ ਕੀਤਾ ਇਹਦੇ ਕੋਲ ਇੱਕ ਸੀ, ਇਹਨੇ ਇਹਨੂੰ ਦੇਤਾ, ਇਹ ਹੋ ਗਿਆ 10। ਇਹਦੇ ਕੋਲ ਆ ਬੈਠਾ ਸੀ, ਇਹਨੇ ਇਹਨੂੰ ਦੇਤਾ ਇੱਕ ਆਪਦੋ, ਇਹ ਹੋ ਗਿਆ 10। ਇਹਦੀ ਦੁਕਾਨ 'ਤੇ ਆ ਬੈਠਾ ਸੀ, ਇਹਨੇ ਇਹਨੂੰ ਦੇਤਾ, ਇਹ ਹੋ ਗਿਆ 10, ਇਹ ਹੋ ਗਿਆ 9। ਤਾਂ ਇਹਦਾ ਆਹ ਸਿਸਟਮ ਹੁੰਦਾ ਘਟਾ ਨੂੰ ਧਿਆਨ ਦੇ ਵਿੱਚ ਰੱਖਣ ਦੇ ਲਈ, ਨਾਲੇ ਇੱਕ ਐਕਟੀਵਿਟੀ ਹੋ ਗਈ, ਨਾਲੇ ਘਟਾ ਦਾ ਘਟਾ ਹੋ ਗਿਆ। ਤਾਂ ਹੁਣ ਦੇਖੋ ਆਪਾਂ ਘਟਾਇਆ 10 ਚੋਂ 8 2, 9 ਚੋਂ 9 ਗਈ 0, 9 ਚੋਂ 6 ਗਿਆ 3। ਤਾਂ ਇਹ ਸੀ ਆਪਣੀਆਂ ਦੋ ਉਦਾਹਰਨਾਂ ਜਿਸ 'ਤੇ ਆਪਾਂ ਗੱਲ ਕਰ ਰਹੇ ਸੀ। ਹੁਣ ਆਪਾਂ ਅਗਲੀ ਉਦਾਹਰਨ 'ਤੇ ਗੱਲ ਕਰਦੇ ਹਾਂ। ਹੁਣ ਬੱਚਿਓ ਆਪਾਂ ਜੋ ਗੱਲ ਕਰ ਰਹੇ ਹਾਂ, ਆਪਾਂ ਅਗਲੀ ਉਦਾਹਰਨ 'ਤੇ ਗੱਲ ਕਰ ਰਹੇ ਹਾਂ। ਇੱਕ ਕੁਛ ਕੁ ਉਦਾਹਰਨ ਹੈ, ਕੁਛ ਕੁ ਤੁਹਾਡੀ ਇਕਾਈ ਦੇ ਕੁਸ਼ਚਨ ਹੈ, ਮਿਕਸ ਨੇ ਆਪਣੇ ਕੋਲ। ਤਾਂ ਕੀ ਕਹਿ ਰਿਹਾ, ਸ਼ਹਿਰ ਦਾ ਅਖਬਾਰ ਹਰ ਰੋਜ਼ ਛਾਪਦਾ ਹੈ, ਇੱਕ ਕਾਪੀ ਦੇ 12 ਪੰਨੇ ਹਨ। ਤਾਂ ਪਹਿਲੀ ਲਾਈਨ ਆ ਗਈ, ਠੀਕ। ਤਾਂ ਬੱਚਿਓ ਫਿਰ ਉਮੀਦ, ਜਿਵੇਂ ਮੈਂ ਤੁਹਾਨੂੰ ਕਿਹਾ ਲਾਈਨ ਲਿਖੀ ਹੋਈ ਹੈ, ਇੱਕ ਕਾਪੀ ਦੇ ਪੰਨੇ ਕਿੰਨੇ ਦੇ ਤੇ, 12। ਹਰ ਰੋਜ਼ 11,980 ਕਾਪੀਆਂ ਛਾਪਦੀਆਂ ਨੇ, ਤਾਂ ਹਰ ਰੋਜ਼ ਕੁੱਲ ਕਿੰਨੇ ਪੰਨੇ ਛਾਪਣਗੇ। ਹੁਣ ਇੱਕ ਕਾਪੀ ਦੇ ਕਿੰਨੇ ਪੰਨੇ ਹੋ ਗਏ ਬੱਚਿਓ, 12। ਕਾਪੀਆਂ ਜਿੰਨੀਆਂ ਪ੍ਰਿੰਟ ਹੁੰਦੀਆਂ ਨੇ, ਪ੍ਰਿੰਟ ਕਾਪੀਆਂ ਦੀ ਗਿਣਤੀ 11,980। ਤਾਂ ਇਹਦਾ ਮਤਲਬ ਇੱਕ ਕਾਪੀ 'ਚ 12 ਪੰਨੇ ਆ, ਅਤੇ ਕਾਪੀਆਂ ਇੰਨੀਆਂ ਨੇ, ਤਾਂ ਉਹ ਕੀ ਕਹਿ ਰਹੇ ਨੇ ਕੁੱਲ ਕਿੰਨੇ ਪੰਨੇ ਛਾਪਦੇ ਹਨ। ਤਾਂ ਰੋਜ਼ ਕੁੱਲ ਪੰਨਿਆਂ ਦੀ ਗਿਣਤੀ ਜਿਹੜੇ ਛਾਪਦੇ ਨੇ। ਤਾਂ ਦੇਖੋ ਬੱਚਿਓ ਕੀ ਕਰਾਂਗੇ, ਸੋਚ ਕੇ ਦੇਖੋ। ਤੁਸੀਂ ਬਾਜ਼ਾਰ 'ਚੋਂ ਕਾਪੀ ਲੈ ਕੇ ਆਏ, ਉਸ ਇੱਕ ਕਾਪੀ ਦੇ 80 ਪੇਜ ਨੇ, ਤੁਸੀਂ 10 ਕਾਪੀਆਂ ਖਰੀਦੀਆਂ, ਤਾਂ 80 ਪੇਜ ਨੇ, 10 ਕਾਪੀਆਂ ਖਰੀਦੀਆਂ ਨੇ, ਟੋਟਲ ਕਿੰਨੇ ਪੇਜ ਹੋਣਗੇ, ਆਪਾਂ ਕੀ ਕਰਾਂਗੇ ਬੱਚਿਓ, ਗੁਣਾ ਕਰਾਂਗੇ। ਯੈਸ, ਤਾਂ ਆਪਾਂ ਕੀ ਕੀਤੀ ਬੱਚਿਓ, 11,980 ਦੀ 12 ਦੇ ਨਾਲ ਕੀ ਕਰਾਂਗੇ, ਗੁਣਾ ਕਰਾਂਗੇ। ਕਿਵੇਂ ਕਰਦੇ ਹੁੰਦੇ ਹੋ, 2 ਦੀ 0 ਨਾਲ ਗੁਣਾ ਕੀਤੀ, 2 0 0, 8 ਦੂਣੀ 16, 6 ਹਸਲ 1, 9 ਦੂਣੀ 18 ਅਤੇ 1 19 ਹਸਲ 1, 2 ਏਕਮ 2, 2 ਅਤੇ 1 3, 2 ਏਕਮ 2, ਇੱਥੇ 0। 1 ਦੀ 0 ਨਾਲ ਕੀਤੀ ਬੱਚਿਓ 1, 1 ਦੀ 8 ਨਾਲ ਕੀਤੀ 8, 1 ਦੀ 9 ਨਾਲ ਕੀਤੀ 9, 1 ਦੀ 1 ਨਾਲ ਕੀਤੀ 1, 1 ਦੀ 1 ਨਾਲ ਕੀਤੀ 1, ਇਹਨੂੰ ਜੋੜ ਕੀਤਾ 0, 6, 9 ਅਤੇ 8, 17 ਹਸਲ 1, 1 ਅਤੇ 3, 4, 4 ਅਤੇ 9, 13 ਹਸਲ 1, 1, 2, 1, 4, 1। ਤਾਂ ਬੱਚਿਓ ਆਪਣੇ ਕੋਲ ਕੀ ਆ ਗਿਆ, ਦੇਖੋ 1,43,760 ਪੰਨੇ। ਇੱਥੇ ਇੰਟਰਸਟਿੰਗ ਗੱਲ ਬੱਚਿਓ ਹੋਰ ਦੱਸਦਾ, ਗੁਣਾ ਕਰਨ ਦਾ ਇੱਕ ਸੌਖਾ ਤਰੀਕਾ ਵੀ ਦੱਸਦਾ, ਅਗਰ ਤੁਸੀਂ ਗੁਣਾ ਕਰ ਸਕਦੇ ਹੋ ਇਹਦੇ ਵਿੱਚੋਂ, ਤਾਂ ਜੇ ਤੁਹਾਨੂੰ ਦੇਖੋ ਇੱਥੇ ਬੱਚਿਓ ਆਪਾਂ ਕੀ ਕੀਤਾ, ਆਪਾਂ ਪਹਿਲਾਂ 2 ਨਾਲ ਕੀਤਾ, ਫਿਰ ਆਪਾਂ 1 ਨਾਲ ਕੀਤਾ, ਪਰ ਜੇ ਬੱਚਿਓ ਆਪਾਂ ਨੂੰ ਸਿੱਧਾ 12 ਦਾ ਪਹਾੜਾ ਆਉਂਦਾ, 12 ਦਾ, ਤਾਂ ਆਪਾਂ ਨੂੰ ਸਿੱਧਾ ਵੀ ਹੱਲ ਕਰ ਸਕਦੇ ਹਾਂ। ਕਿਵੇਂ, 12 ਦੀ 0 ਨਾਲ ਗੁਣਾ ਕੀਤੀ 0, 12 8 96, 6 ਹਸਲ ਆ ਗਈ 9, 12 9 108, 108 ਅਤੇ 9 117 ਹਸਲ ਆ ਗਈ 11, 12 ਏਕਮ 12, 12 ਅਤੇ 11 ਬੱਚਿਓ 23, 3 ਹਸਲ ਆ ਗਿਆ 2, 12 ਏਕਮ 12, 12 ਅਤੇ 2 14। ਚੈੱਕ ਕਰਕੇ ਦੇਖੋ ਬੱਚਿਓ, ਤਾਂ ਜਿਹੜੇ ਬੱਚੇ ਨੂੰ 12 ਦਾ ਪਹਾੜਾ ਆਉਂਦਾ ਉਹ ਸਿੱਧਾ ਵੀ ਉਹਨੂੰ ਹੱਲ ਕਰ ਸਕਦਾ, ਅਤੇ ਮੈਨੂੰ ਉਮੀਦ ਹੈ ਆਪਾਂ ਤੁਹਾਨੂੰ ਸਾਰਿਆਂ ਨੂੰ 12 ਦੇ ਪਹਾੜੇ ਆਉਂਦੇ ਨੇ, ਤਾਂ ਤੁਹਾਡੀ ਗੁਣਾ ਬਹੁਤ ਸੌਖੀ ਬਣ ਜੂਗੀ। ਠੀਕ, ਹੁਣ ਬੱਚਿਓ ਆਪਾਂ ਅਗਲੇ ਕੁਸ਼ਚਨ 'ਤੇ ਆ ਰਹੇ ਹਾਂ। ਇੱਕ ਮਸ਼ੀਨ ਔਸਤ 2825 ਪੇਜ ਇੱਕ ਦਿਨ ਵਿੱਚ ਬਣਾਉਂਦੀ ਹੈ, ਇੱਕ ਦਿਨ ਵਿੱਚ ਬੱਚਿਓ ਕਿੰਨੇ ਪੇਜ ਬਣਾਉਂਦੀ ਹੈ, 2825 ਇੱਕ ਦਿਨ ਵਿੱਚ ਪੇਜ ਕਿੰਨੇ ਬਣਦੇ ਹੈ, 2825। ਤਾਂ ਜਨਵਰੀ 2006 ਵਿੱਚ ਕਿੰਨੇ ਪੇਜ ਬਣਾਏਗੀ, ਆਪਾਂ ਨੂੰ ਪਤਾ
ਜਨਵਰੀ ਵਿੱਚ ਕਿੰਨੇ ਦਿਨ ਹੁੰਦੇ ਨੇ ਬੱਚਿਓ? 31 ਦਿਨ, 31 ਦਿਨ ਹੁੰਦੇ ਆ ਨਾ। ਤਾਂ ਇਹਦਾ ਮਤਲਬ 31 ਦਿਨਾਂ ਵਿੱਚ ਕੁੱਲ ਕਿੰਨੇ ਪੇਜ ਬਣਨਗੇ? 2825 ਦੀ 31 ਦੇ ਨਾਲ ਕੀ ਹੋ ਗਈ ਬੱਚਿਓ? ਗੁਣਾ। 1 5 5, 1 2 2, 1 8 8, 1 2 2, 0। 5 3 15, 5 6 3 2 6, 6 3 1, 7। 8 3 24, 2 6, 3 2 6, 2, 8। 5 2 5, 7। 8 3 7, 15, 1, 3 3, 4, 7, 8। ਤਾਂ ਇਹਦਾ ਮਤਲਬ ਬੱਚਿਓ ਕੁੱਲ ਕਿੰਨੇ ਪੇਜ ਬਣਨਗੇ? 87,575 ਪੇਜ। ਤਾਂ ਬੱਚਿਓ ਇਹ ਸੀ ਆਪਣੀ ਅਭਿਆਸ 1.2 ਦੇ ਕੁਛ ਕੁ ਕੁਸ਼ਚਨ ਕਿ ਪ੍ਰੈਕਟੀਕਲ ਲਾਈਫ ਦੇ ਵਿੱਚ ਆਪਣੀ ਆਮ ਜ਼ਿੰਦਗੀ ਦੇ ਵਿੱਚ ਸੰਖਿਆਵਾਂ ਨੂੰ ਕਿਵੇਂ ਵਰਤਿਆ ਜਾਂਦਾ ਹੈ। ਥੈਂਕ ਯੂ।